सत श्री अकाल दोस्तों, तुहाडा सारिआं दा साडे चैनल जी एस अपडेट्स विच बहुत बहुत स्वागत है। मैं तुहानूं बेनती करूँगा कि तुसी इस वीडियो नूं अंत तक जरूर देखो अते जेकर तुसी चैनल ते नवें हो अते हजे तक चैनल नूं सबसक्राइब नहीं किया है तो चैनल नूं सबसक्राइब करना अते बैल आइकन दा बटन दबाउणा ना भुलना। जिवें कि इस तों पहलां मैं वीडियोज़ अपलोड करके तुहानूं दस्सिया सी कि जो जमात दसवीं दे विद्यार्थी हन उन्हां नूं प्री बोर्ड दे आधार ते पास किया जा सकता है ਅਤੇ ਅਗਲੀ ਕਲਾਸ ਵਿੱਚ ਪ੍ਰਮੋਟ ਕੀਤਾ ਜਾ ਸਕਦਾ ਹੈ ਅਤੇ ਜੋ ਜਮਾਤ 12ਵੀਂ ਦੇ ਰਹਿੰਦੇ ਪੇਪਰ ਹਨ ਉਹਨਾਂ ਦੇ ਪੇਪਰ ਜਲਦ ਤੋਂ ਜਲਦ ਲਏ ਜਾਣਗੇ ਅਤੇ ਕੁਝ ਇਦਾਂ ਦੇ ਨਿਯਮ ਬਣਾਏ ਜਾਣਗੇ ਤਾਂ ਜੋ ਬੱਚਿਆਂ ਦੀ ਸੇਫਟੀ ਦਾ ਵੀ ਧਿਆਨ ਰੱਖਿਆ ਜਾਵੇ ਅਤੇ ਪੇਪਰ ਜਲਦ ਤੋਂ ਜਲਦ ਲਏ ਜਾਣ ਤਾਂ ਜੋ ਉਹਨਾਂ ਦੀ ਅਗਲੀ ਜੋ ਕਿ ਪੜ੍ਹਾਈ ਹੈ ਉਸਦੇ ਵਿੱਚ ਵੀ ਕੋਈ ਦਿੱਕਤ ਨਾ ਆਵੇ। ਤਾਂ ਸਾਨੂੰ ਬੱਚਿਆਂ ਦੇ ਕਮੈਂਟ ਆ ਰਹੇ ਸੀ ਕਿ ਜੋ ਜਮਾਤ 10ਵੀਂ ਦੇ ਵਿਦਿਆਰਥੀਆਂ ਨੂੰ ਪ੍ਰੀ ਬੋਰਡ ਦੇ ਆਧਾਰ 'ਤੇ ਪਾਸ ਕਰਨ ਦੇ ਕਿੰਨੇ ਪਰਸੈਂਟ ਚਾਂਸਿਸ ਹਨ ਅਤੇ ਜਮਾਤ 12ਵੀਂ ਦੇ ਪੇਪਰ ਲਏ ਜਾਣਗੇ ਜਾਂ ਨਹੀਂ, ਇਸ ਦੇ ਬਾਰੇ ਵੀ ਕੁਝ ਜਾਣਕਾਰੀ ਦਿਓ। ਤਾਂ ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ। ਪਿਛਲੇ ਸੋਮਵਾਰ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ 20 ਮੈਂਬਰਾਂ ਦੀ ਕਮੇਟੀ ਬਣਾਈ ਗਈ ਸੀ, ਉਸਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੋ ਜਮਾਤ 10ਵੀਂ ਦੇ ਵਿਦਿਆਰਥੀ ਹਨ ਉਹਨਾਂ ਨੂੰ ਪ੍ਰੀ ਬੋਰਡ ਦੇ ਆਧਾਰ 'ਤੇ ਪਾਸ ਕਰ ਦਿੱਤਾ ਜਾਵੇ ਅਤੇ ਜਮਾਤ 12ਵੀਂ ਦੇ ਰਹਿੰਦੇ 30% ਪੇਪਰ ਜਲਦ ਤੋਂ ਜਲਦ ਲਏ ਜਾਣ ਅਤੇ ਕੁਝ ਨਿਯਮ ਅਪਣਾ ਕੇ ਉਹ ਪੇਪਰ ਲਏ ਜਾਣ ਤਾਂ ਜੋ ਬੱਚਿਆਂ ਦੀ ਸੇਫਟੀ ਦਾ ਵੀ ਧਿਆਨ ਰੱਖਿਆ ਜਾਵੇ। ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਉਸਦੇ ਉੱਪਰ ਜੋ ਕਿ ਪਰਸੋਂ ਵੀ ਫੈਸਲਾ ਲਿਆ ਗਿਆ ਸੀ, ਉਸਦੇ ਉੱਪਰ ਕਾਫੀ ਟਾਈਮ ਚਰਚਾ ਕੀਤੀ ਗਈ ਸੀ ਕਿ ਜੋ ਜਮਾਤ 10ਵੀਂ ਦੇ ਵਿਦਿਆਰਥੀ ਹਨ ਉਹਨਾਂ ਨੂੰ ਪ੍ਰੀ ਬੋਰਡ ਦੇ ਆਧਾਰ 'ਤੇ ਪਾਸ ਕੀਤਾ ਜਾਵੇ ਜਾਂ ਨਹੀਂ, ਅਤੇ ਜੋ ਜਮਾਤ 12ਵੀਂ ਦੇ ਪੇਪਰਾਂ ਬਾਰੇ ਵੀ ਕਾਫੀ ਟਾਈਮ ਡਿਸਕਸ਼ਨ ਕੀਤੀ ਗਈ ਸੀ। ਤਾਂ ਉਸਦੇ ਉੱਪਰ ਜੋ ਕਿ ਫੈਸਲਾ ਹੈ ਉਹ ਨਹੀਂ ਲਿਆ ਗਿਆ, ਜੋ ਕਿ ਮੀਟਿੰਗ ਸੀ ਉਸਦੇ ਵਿੱਚ ਹਜੇ ਫੈਸਲਾ ਨਹੀਂ ਲਿਆ ਗਿਆ ਅਤੇ ਉਹ ਅਗਲੀ ਮੀਟਿੰਗ ਵਿੱਚ ਫੈਸਲਾ ਲਿਆ ਜਾ ਸਕਦਾ ਹੈ। ਅਗਲੀ ਮੀਟਿੰਗ ਹੁਣ 6 ਮਈ ਦੀ ਹੈ, 6 ਮਈ ਜਦੋਂ ਕੈਬਨਿਟ ਦੀ ਮੀਟਿੰਗ ਹੋਵੇਗੀ ਉਸਦੇ ਵਿੱਚ ਜੋ ਕਿ ਸਿੱਖਿਆ ਬਾਰੇ ਵੀ ਫੈਸਲਾ ਲਿਆ ਜਾਵੇਗਾ ਕਿ ਜੋ ਪੇਪਰ ਹਨ ਜਮਾਤ 10ਵੀਂ ਦੇ ਉਹ ਲਏ ਜਾਣੇ ਹੈ ਜਾਂ ਨਹੀਂ, ਬੱਚਿਆਂ ਨੂੰ ਇੱਦਾਂ ਹੀ ਪ੍ਰਮੋਟ ਕਰਨਾ ਹੈ ਪ੍ਰੀ ਬੋਰਡ ਦੇ ਆਧਾਰ 'ਤੇ ਅਤੇ ਰਿਜ਼ਲਟ ਕਿਵੇਂ ਬਣਾਉਣਾ ਹੈ। ਤਾਂ ਇਹਦੇ ਉੱਪਰ ਜੋ ਕਿ 6 ਮਈ ਨੂੰ ਫੈਸਲਾ ਲਿਆ ਜਾ ਸਕਦਾ ਹੈ ਅਤੇ ਜੋ ਜਮਾਤ 12ਵੀਂ ਦੇ ਵਿਦਿਆਰਥੀ ਹਨ ਉਹਨਾਂ ਦੇ ਵੀ ਫੈਸਲਾ ਲਿਆ ਜਾਵੇਗਾ। ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਜੋ ਜਮਾਤ 10ਵੀਂ ਦੇ ਰਹਿੰਦੇ ਪੇਪਰ ਹਨ ਉਹ ਸ਼ਾਇਦ ਨਹੀਂ ਲਏ ਜਾਣਗੇ ਕਿਉਂਕਿ ਕਰੋਨਾ ਵਾਇਰਸ ਦੇ ਕੇਸਿਸ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ ਹੁਣ ਅਤੇ ਬੱਚਿਆਂ ਦੀ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਕਿ ਪੇਪਰ ਹਨ ਉਹ ਨਹੀਂ ਲਏ ਜਾਣਗੇ। ਇਸਦੇ 60-70% ਚਾਂਸਿਸ ਹਨ ਕਿ ਜੋ ਜਮਾਤ 10ਵੀਂ ਦੇ ਪੇਪਰ ਹਨ ਉਹ ਨਹੀਂ ਲਏ ਜਾਣਗੇ ਅਤੇ ਪ੍ਰੀ ਬੋਰਡ ਦੇ ਆਧਾਰ 'ਤੇ ਪਾਸ ਕਰ ਦਿੱਤਾ ਜਾਵੇਗਾ ਅਤੇ ਜਮਾਤ 12ਵੀਂ ਦੇ ਕਿਉਂਕਿ ਥੋੜ੍ਹੇ ਪੇਪਰ ਰਹਿ ਗਏ ਹਨ ਤਾਂ ਉਹ ਪੇਪਰ ਲਏ ਜਾ ਸਕਦੇ ਹਨ। ਬਾਕੀ ਜੇਕਰ ਕੁਝ ਫੈਸਲਾ ਆਉਂਦਾ ਵੀ ਜਮਾਤ 12ਵੀਂ ਦੇ ਵਿਦਿਆਰਥੀਆਂ ਨੂੰ ਵੀ ਬਿਨਾਂ ਪੇਪਰਾਂ ਤੋਂ ਪਾਸ ਕਰ ਦਿੱਤਾ ਜਾਵੇ ਤਾਂ ਅਸੀਂ ਤੁਹਾਨੂੰ ਦੱਸ ਦੇਵਾਂਗੇ। ਬਾਕੀ ਜੋ ਕਿ ਜਮਾਤ 12ਵੀਂ ਦੇ ਪੇਪਰ ਹਨ ਉਹ ਸ਼ਾਇਦ ਲਏ ਜਾ ਸਕਦੇ ਹਨ ਕਿਉਂਕਿ ਜੋ ਕਿ ਜਮਾਤ 12ਵੀਂ ਦੇ ਵਿਦਿਆਰਥੀਆਂ ਦੀ ਪਰਸੈਂਟੇਜ ਹੁੰਦੀ ਹੈ ਉਸਨੂੰ ਅੱਗੇ ਜੋ ਕਿ ਬੱਚਿਆਂ ਨੇ ਕਾਲਜਿਸ ਵਿੱਚ ਐਡਮਿਸ਼ਨ ਲੈਣੀ ਹੁੰਦੀ ਹੈ ਜਾਂ ਫਿਰ ਕੁਝ ਵੀ ਅੱਗੇ ਹੋਰ ਕੁਝ ਕਰਨਾ ਹੁੰਦਾ ਉਸਦੇ ਲਈ ਉਹ ਬਹੁਤ ਜ਼ਰੂਰੀ ਹੁੰਦੀ ਹੈ। ਤਾਂ ਜੋ ਜਮਾਤ 12ਵੀਂ ਦੇ ਵਿਦਿਆਰਥੀ ਹਨ ਉਹਨਾਂ ਦੇ ਜੋ ਪੇਪਰ ਹਨ ਉਹ ਲਏ ਜਾ ਸਕਦੇ ਹਨ, ਉਹਨਾਂ ਦੇ ਚਾਂਸਿਸ ਹਨ ਵੀ ਪੇਪਰ ਲਏ ਜਾਣਗੇ। ਬਾਕੀ ਜੇਕਰ ਸਥਿਤੀ ਖਰਾਬ ਹੋਈ ਅਤੇ ਪੇਪਰ ਲੈਣਾ ਸੰਭਵ ਨਾ ਹੋਇਆ ਤਾਂ ਜੋ ਜਮਾਤ 12ਵੀਂ ਦੇ ਵੀ ਪੇਪਰ ਹਨ ਉਹ ਨਹੀਂ ਲਏ ਜਾਣਗੇ, ਜਮਾਤ 12ਵੀਂ ਦੇ ਵਿਦਿਆਰਥੀਆਂ ਨੂੰ ਵੀ ਬਿਨਾਂ ਪੇਪਰਾਂ ਤੋਂ ਪਾਸ ਕਰ ਦਿੱਤਾ ਜਾਵੇਗਾ ਅਤੇ ਜਮਾਤ 10ਵੀਂ ਦੇ ਵਿਦਿਆਰਥੀਆਂ ਵਾਂਗ ਹੀ ਉਹਨਾਂ ਨੂੰ ਪ੍ਰੀ ਬੋਰਡ ਦੇ ਆਧਾਰ 'ਤੇ ਪਾਸ ਕੀਤਾ ਜਾਵੇਗਾ। ਬਾਕੀ ਹਜੇ ਤਾਈਂ ਇਸ ਦੇ ਉੱਪਰ ਕੋਈ ਵੀ ਫੈਸਲਾ ਨਹੀਂ ਆਇਆ ਹੈ ਪੰਜਾਬ ਬੋਰਡ ਵੱਲੋਂ, ਤਾਂ ਇਹ ਫੈਸਲਾ 6 ਮਈ ਨੂੰ ਆਉਣ ਦੀ ਉਮੀਦ ਹੈ। 6 ਮਈ ਨੂੰ ਕੈਬਨਿਟ ਦੀ ਮੀਟਿੰਗ ਹੈ, ਉਸਦੇ ਵਿੱਚ ਇਸ ਦੇ ਉੱਪਰ ਫੈਸਲਾ ਲਿਆ ਜਾ ਸਕਦਾ ਹੈ। ਤੁਸੀਂ ਚੈਨਲ 'ਤੇ ਬਣੇ ਰਹਿਣਾ, ਮੈਂ ਤੁਹਾਨੂੰ ਜਲਦੀ ਉਸਦੇ ਬਾਰੇ ਵੀ ਸੂਚਨਾ ਦੇ ਦੇਵਾਂਗਾ ਜਦੋਂ ਵੀ ਫੈਸਲਾ ਆਉਂਦਾ ਇਸ ਦੇ ਉੱਪਰ ਵੀ ਕੋਈ ਵੀ ਜੋ ਪੇਪਰ ਹਨ ਉਹ ਲਏ ਜਾਣੇ ਹਨ ਜਾਂ ਨਹੀਂ, ਕਿਉਂਕਿ ਕੇਸਿਸ ਬਹੁਤ ਵੱਧ ਰਹੇ ਹਨ, ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਤਾਂ ਬੱਚਿਆਂ ਦੀ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੁੰਦੇ ਹੋਏ ਤਾਂ ਉਹਨਾਂ ਨੂੰ ਇਹ ਫੈਸਲਾ ਲੈਣਾ ਪਵੇਗਾ। ਇਹ ਉਮੀਦ ਹੈ ਕਿ ਹੁਣ ਤੁਹਾਡੇ ਸਾਰੇ ਡਾਊਟਸ ਕਲੀਅਰ ਹੋ ਗਏ ਹੋਣਗੇ। ਜੇਕਰ ਹਜੇ ਵੀ ਤੁਹਾਡੇ ਮਨ ਵਿੱਚ ਕੋਈ ਵੀ ਡਾਊਟ ਹੋਵੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ। ਜੇਕਰ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਅਤੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰੋ ਤਾਂ ਜੋ ਹੋਰ ਵਿਦਿਆਰਥੀਆਂ ਤੱਕ ਵੀ ਜਾਣਕਾਰੀ ਪਹੁੰਚ ਸਕੇ। ਇੱਦਾਂ ਹੀ ਚੈਨਲ 'ਤੇ ਬਣੇ ਰਹਿਣਾ। ਧੰਨਵਾਦ।